ਸਾਡੇ ਵੱਲੋਂ ਤਾਂ ਜਿਹੜੀ ਸਰਕਾਰ ਵੱਲੋਂ ਸ਼ਿਕੰਜਾ ਕਸਿਆ ਗਿਆ ਕਿਸਾਨਾਂ ਦੇ ਉੱਤੇ, ਪਰ ਕੋਰਟ ਨੇ ਸਰਕਾਰ ਨੂੰ ਕਿਹਾ ਵੀ ਤੁਸੀਂ ਹੱਲ ਕੱਢੋ ਜਿਹੜਾ ਪਰਾਲੀ ਦਾ ਹੱਲ ਹੈਗਾ, ਪਰ ਸਰਕਾਰ ਹੱਲ ਕੱਢਣ ਦੀ ਬਜਾਏ ਕਿਸਾਨਾਂ ਦੇ ਸ਼ਿਕੰਜਾ ਕਸ ਰਹੀ ਹੈ। ਜਿਹੜਾ ਸਰਕਾਰ ਨੇ ਸ਼ਿਕੰਜਾ ਕਸਿਆ ਹੈਗਾ ਜਾਂ ਜੁਰਮਾਨੇ ਪਾਏ ਨੇ ਜਾਂ ਕਿਸਾਨਾਂ ਨੂੰ ਜਿਹੜਾ ਡੱਕ ਰਹੀ ਹੈ ਜਾਂ ਕੰਬਾਈਨਾਂ ਫੜੀਆਂ ਗਈਆਂ ਨੇ, ਅਸੀਂ ਇਹ 'ਤੇ ਵਿਚਾਰ ਕਰਕੇ ਹਾਈ ਕਮਾਂਡ ਨਾਲ ਰਾਏ ਲਾ ਕੇ ਮੀਟਿੰਗਾਂ ਲਾ ਕੇ ਆਉਣ ਵਾਲੇ ਸਮੇਂ 'ਚ ਇਹ ਸੰਘਰਸ਼ ਲੜਾਂਗੇ। ਇਹਦੇ 'ਚ ਸਰਕਾਰ ਦਾ ਵਿਰੋਧ ਕਰਾਂਗੇ। ਜਿਹੜੇ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਇਹ ਧੱਕੇਸ਼ਾਹੀ ਨਹੀਂ ਹੋਣ ਦੇਵਾਂਗੇ, ਕਿਉਂਕਿ ਜਿਹੜਾ ਕਿਸਾਨ ਦਾ ਕੰਮ ਹੈ ਪ੍ਰੋਡਕਸ਼ਨ ਕਰਨਾ, ਅਨਾਜ ਪੈਦਾ ਕਰਨਾ, ਉਹ ਕਿਸਾਨ ਕਰ ਰਿਹਾ ਹੈਗਾ। ਜਿਹੜੀ ਉਸ ਤੋਂ ਬਾਅਦ ਸਮੱਸਿਆ ਜੋ ਵੀ ਆ ਰਹੀ ਹੈ ਉਹਦਾ ਕੰਮ ਹੈ ਸਰਕਾਰ ਦਾ, ਉਹ ਸਰਕਾਰ ਹੱਲ ਕਰੇਗਾ, ਕਿਸਾਨਾਂ 'ਤੇ ਕਿਉਂ ਸੁੱਟ ਰਹੀ ਹੈ? ਸਰਕਾਰ ਜਿਹੜੀ ਆਪ ਦੀ ਜ਼ਿੰਮੇਵਾਰੀ ਹੈ ਉਹ ਵੀ ਕਿਸਾਨਾਂ 'ਤੇ ਪਾਈ ਜਾ ਰਹੀ ਹੈ। ਕਿਸਾਨ ਪਹਿਲੀ ਪੀੜਿਆ ਪਿਆ, ਕਿਸਾਨ ਨਹੀਂ ਕਰ ਸਕਦਾ ਇਸ ਤਰ੍ਹਾਂ ਸਰਕਾਰ ਦੇ ਮੁਤਾਬਕ। ਜਿਹੜਾ ਕਿ ਉਹ ਐਗਰੀਕਲਚਰ ਚੀਫ ਨੂੰ ਘੇਰਿਆ ਗਿਆ ਸੀ, ਉਸ ਦੇ ਮਾਮਲੇ ਦੇ ਵਿੱਚ ਵੀ ਕਿਸਾਨਾਂ ਦੇ ਉੱਪਰ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ, ਪਰ ਕਿਤੇ ਨਾ ਕਿਤੇ ਉਹ ਐਫ ਆਈ ਆਰ ਰੱਦ ਕਰਵਾਉਣ ਲਈ ਵੀ ਤੁਸੀਂ ਅੱਜ ਮਿਲੇ ਸੀ, ਕਿਸ ਤਰ੍ਹਾਂ ਦਾ? ਦੇਖੋ, ਜਦ ਕੋਈ ਸੰਘਰਸ਼ ਲੜਿਆ ਜਾਂਦਾ ਹੈਗਾ, ਸਰਕਾਰ ਦੇ ਵਿਰੁੱਧ ਕੋਈ ਵੀ ਲੜਾਈ ਲੜੀ ਜਾਂਦੀ ਹੈ, ਉਹ ਤਾਂ ਪਰਚੇ ਵੀ ਹੋਣਗੇ, ਜੇਲ੍ਹਾਂ 'ਚ ਵੀ ਜਾਣਾ ਪਊ, ਸਭ ਕੁਛ ਹੁੰਦਾ ਹੈਗਾ ਉਹਦੇ 'ਚ। ਪਰ ਜਿਹੜਾ ਸਰਕਾਰ ਨੇ ਕੀਤਾ ਇਸ ਉੱਤੇ, ਇਹ 'ਤੇ ਵਿਚਾਰ ਕਰਾਂਗੇ ਅਸੀਂ। ਅਸੀਂ ਤਾਂ ਮੀਟਿੰਗਾਂ ਲਾਵਾਂਗੇ, ਹਾਈ ਕਮਾਂਡ ਨਾਲ ਰੱਖਾਂਗੇ ਗੱਲਬਾਤ, ਇਹ 'ਤੇ ਕੀ ਵਿਚਾਰ ਬਣਦੇ ਆ, ਕੀ ਸਲਾਹ ਬਣਦੀ, ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਹੁੰਦਾ, ਉਸ ਤਰ੍ਹਾਂ ਕਰਾਂਗੇ, ਸਰਕਾਰ ਦੇ ਵਿਰੋਧ ਕਰਾਂਗੇ ਅਸੀਂ। ਲਾਸਟ ਵਿੱਚ ਭਾਰਤੀ ਕਿਸਾਨ ਯੂਨੀਅਨ ਜਿਹੜਾ ਪਹਿਲਾਂ ਸਟੈਂਡ ਸੀ ਕਿ ਪਰਾਲੀ ਨੂੰ ਬਦਲ ਨਹੀਂ ਦਿੱਤਾ ਤਾਂ ਅੱਗ ਲਾਈ ਜਾਊਗੀ, ਨਹੀਂ, ਜਦੋਂ ਸਰਕਾਰ ਕੋਈ ਇਹਦੇ 'ਤੇ ਆਪਣਾ ਪ੍ਰਤੀਕਰਮ ਨਹੀਂ ਕਰਦੀ, ਆਪਦੇ ਵੱਲੋਂ ਸਰਕਾਰਾਂ ਨੂੰ ਕੋਈ ਮਦਦ ਕੋਈ ਸਹਾਇਤਾ ਨਹੀਂ ਕਰਦੀ, ਫਿਰ ਤਾਂ ਹੋਊਗਾ, ਕਿਸਾਨ ਮਜਬੂਰ ਹੈ, ਕਿਸਾਨ ਦਾ ਸ਼ੌਕ ਤਾਂ ਹੈ ਨਹੀਂ ਇਹ ਅੱਗ ਲਾਉਣਾ ਜਾਂ ਪ੍ਰਦੂਸ਼ਣ ਕਰਨਾ, ਪਰ ਮਜਬੂਰ ਕੀਤਾ ਹੋਇਆ ਸਰਕਾਰਾਂ ਦਾ, ਕਿਉਂਕਿ ਸਰਕਾਰ ਦਾ ਕੰਮ ਹੈ ਇਹ ਪਰਾਲੀ ਜਿਹੜੀ ਸਮੱਸਿਆ ਨੂੰ ਸੋਲਵ ਕਰਨਾ, ਇਹ ਕਿਸਾਨ 'ਤੇ ਸਿੱਟੀ ਜਾ ਰਹੀ ਹੈ, ਕਿਸਾਨ ਇਹ ਨਹੀਂ ਕਰ ਸਕਦਾ। ਜੇ ਸਰਕਾਰ ਹੱਲ ਕਰਨਾ ਚਾਹੁੰਦੇ ਆ ਤਾਂ ਸਰਕਾਰ ਆਪ ਕਰੇ, ਇਹਦਾ ਜੋ ਵੀ ਬਦਲ ਬਣਦਾ ਹੈਗਾ ਜਾਂ ਫਸਲਾਂ ਦਾ ਬਦਲ ਦੇਵੇ ਜਾਂ ਇਹ 'ਤੇ ਕੋਈ ਮੁਆਵਜ਼ਾ ਦੇਵੇ, ਜਿਸ ਤਰ੍ਹਾਂ ਵੀ ਇਹ ਸਮੱਸਿਆ ਦਾ ਹੱਲ ਹੋ ਸਕਦਾ, ਸਰਕਾਰ ਸੋਚੇ ਇਹਦੇ ਬਾਰੇ। ਨਹੀਂ ਲੜਾਈ, ਹਾਂ ਜੇ ਸਰਕਾਰ ਧੱਕੇਸ਼ਾਹੀ ਕਰੂਗੀ ਤਾਂ ਇਹ ਸੰਘਰਸ਼ ਲੜਾਂਗੇ, ਫਿਰ ਕਿਸਾਨ ਲੜਨਗੇ, ਮਜ਼ਬੂਰੀ ਬਸ ਲੜਨਗੇ, ਕਿਉਂਕਿ ਜਿਹੜੀ ਲੋਕ ਸ਼ਕਤੀ ਹੁੰਦੀ ਹੈ ਹਮੇਸ਼ਾ ਸਰਕਾਰ ਦੇ ਜਾਬਰ 'ਚੋਂ ਪੈਦਾ ਹੁੰਦੀ ਹੈ, ਜਾਬ ਜਿਹੜਾ ਸਰਕਾਰ ਧੱਕੇਸ਼ਾਹੀ ਕਰ ਜਾਬ ਕਰ ਰਹੇ 'ਚ ਲੋਕ ਸ਼ਕਤੀ ਪੈਦਾ ਹੋਣੀ ਹੈ, ਸਰਕਾਰ ਦੀ ਵਿਰੋਧ ਤਾਂ ਹੋਣੀ ਇਹਦੇ ਵਿੱਚ। ਸੰਗਰੂਰ ਦੇ ਜ਼ਿਲ੍ਹੇ ਦੇ ਵਿੱਚ, ਕਿਉਂਕਿ ਸੰਗਰੂਰ ਜ਼ਿਲ੍ਹੇ ਦਾ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਵੀ ਰਕਬਾ ਵੀ ਸਾਡਾ ਸਭ ਤੋਂ ਵੱਧ ਹੈ ਪੈਡੀ ਦੇ ਅੰਡਰ, ਤਕਰੀਬਨ 10% ਪੰਜਾਬ ਦਾ ਰਕਬਾ ਜਿਹੜਾ ਹੈਗਾ ਝੋਨੇ ਦੇ ਅੰਡਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ, ਅਤੇ ਇੱਥੇ ਤਕਰੀਬਨ 6000 ਕੁਛ ਟੋਟਲ ਸਟਬਲ ਬਰਨਿੰਗ ਦੇ ਕੇਸਿਸ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਰਿਪੋਰਟ ਕੀਤੇ ਗਏ ਨੇ, ਅਤੇ ਉਹਦੇ ਬੇਸਿਸ 'ਤੇ ਸੁਪਰੀਮ ਕੋਰਟ ਦੀ ਕਾਫੀ ਸਟ੍ਰਿਕਟ ਹਦਾਇਤਾਂ ਨੇ, ਅਤੇ ਉਹਦੇ ਲੈ ਕੇ ਇਨਵਾਇਰਮੈਂਟਲ ਕੰਪਨਸੇਸ਼ਨ ਵੀ ਇੰਪੋਜ਼ ਕੀਤਾ ਗਿਆ, ਤਕਰੀਬਨ 80 ਲੱਖ ਦਾ ਟੋਟਲ ਜੁਰਮਾਨਾ ਲਾਇਆ ਗਿਆ, ਐਂਡ ਇਸ ਦੇ ਵਿੱਚ 200 ਤੋਂ ਉੱਤੇ ਐਫ ਆਈ ਆਰ ਦਰਜ ਹੋਈਆਂ ਨੇ, ਐਂਡ ਤਕਰੀਬਨ 150 ਦੇ ਆਸ ਪਾਸ ਜਿਹੜੀ ਹੈ ਅਰੈਸਟ ਵੀ ਕੀਤੇ ਗਏ ਨੇ, ਹਾਲਾਂਕਿ ਹੈ ਇਹ ਅਵੇਲੇਬਲ ਓਫੈਂਸ, ਤਾਂ ਬੇਲ ਕਰਕੇ ਕਿਸਾਨ ਨੂੰ ਰਿਲੀਜ਼ ਕੀਤਾ ਜਾਂਦਾ ਹੈ। ਅਤੇ ਅੱਜ ਜਿਹੜਾ ਹੈਗਾ ਭਾਰਤ ਕਿਸਾਨ ਯੂਨੀਅਨ ਜਿਹੜੀ ਉਗਰਾਹਾਂ ਗਰੁੱਪ ਵੱਲੋਂ ਇੱਥੇ ਜਥੇਬੰਦੀ ਨਾਲ ਮੀਟਿੰਗ ਰੱਖੀ ਗਈ ਸੀਗੀ, ਅਤੇ ਉਹਨਾਂ ਦੀ ਕੁਛ ਡਿਮਾਂਡ ਸੀਗੀ, ਇੱਕ ਡਿਮਾਂਡ ਜਿਹੜੀ ਉਹਨਾਂ ਦੀ ਉਹਨਾਂ ਨੇ ਰੱਖੀ ਹੈ ਵੀ 100 ਰੁਪਏ ਪ੍ਰਤੀ ਕੁਇੰਟਲ ਜਿਹੜਾ ਮੁਆਵਜ਼ਾ ਰੱਖਿਆ ਗਿਆ,
ਅਤੇ ਪੰਜਾਬ ਸਰਕਾਰ ਵੱਲੋਂ ਇਹਦੀ ਐਵਰੇਜ ਯੀਲਡ ਮੰਨੀ ਗਈ ਵੀ 24 ਕੁਇੰਟਲ ਨੂੰ ਏਕੜ ਦੇ ਹਿਸਾਬ ਨਾਲ 2400 ਰੁਪਇਆ ਪ੍ਰਤੀ ਏਕੜ ਦੇ। ਇਹ ਯੂਨੀਅਨ ਵੱਲੋਂ ਡਿਮਾਂਡ ਰੱਖੀ ਗਈ ਹੈ ਜਿਹੜੀ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਵੀ ਇਹ ਕਹਿੰਦੇ ਵੀ ਸਾਨੂੰ 200 ਰੁਪਏ ਕੁਇੰਟਲ ਜੇਕਰ ਮਿਲਦਾ ਹੈ ਤਾਂ ਸਾਡਾ ਪੂਰਾ ਖਰਚਾ ਪੈਂਦਾ ਵਾ, ਫਿਰ ਅਸੀਂ ਗਰੰਟੀ ਲੈਂਦੇ ਹਾਂ ਅਸੀਂ ਕਿਸੇ ਵੀ ਕਿਸਾਨ ਨੂੰ ਨਹੀਂ ਮੋਟੀਵੇਟ ਕਰਾਂਗੇ ਅਤੇ ਨਾਲੇ ਸਗੋਂ ਪ੍ਰਸ਼ਾਸਨ ਦੀ ਮਦਦ ਕਰਾਂਗੇ ਵੀ ਉਹ ਆਇਡੈਂਟੀਫਾਈ ਕਰਨ ਵੀ ਕਿਹਨਾਂ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ। ਇੱਕ ਦੂਜੀ ਇਹਨਾਂ ਦੀ ਡਿਮਾਂਡ ਇਹਨਾਂ ਨੇ ਜਿਹੜੀ ਕੀਤੀ ਹੈ ਉਹ ਕੰਬਾਈਨਾਂ ਨੂੰ ਲੈ ਕੇ ਕੀਤੀ ਹੈ, ਕਿਉਂਕਿ ਕੰਬਾਈਨਾਂ ਦਾ ਜਿਹੜਾ ਇਨਵਾਇਰਮੈਂਟਲ ਕੰਪਨਸੇਸ਼ਨ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਕੀਤਾ ਜਾਂਦਾ ਹੈ, ਉਹ 2 ਲੱਖ ਰੁਪਏ, ਉਸ ਤੋਂ ਥੱਲੇ ਚਲਾਨਿੰਗ ਦੀ ਪ੍ਰੋਵੀਜ਼ਨ ਨਹੀਂ, ਉਹ ਸਿੱਧਾ 2 ਲੱਖ ਦਾ ਹੀ ਹੈ। ਤਾਂ ਉਸ ਦੇ ਵਿੱਚ ਇਹ ਰਿਆਇਤ ਚਾਹੁੰਦੇ ਨੇ ਅਤੇ ਚਾਹੁੰਦੇ ਵੀ ਸਾਡੀ ਜਿਹੜੀ ਕੰਬਾਈਨਾਂ ਇੰਪਾਊਂਡ ਕੀਤੀ ਗਈਆਂ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਉਹਦੇ ਬੇਸਿਸ 'ਤੇ ਇਹਨਾਂ ਅਸੀਂ ਇਹਨਾਂ ਨੂੰ ਕਿਹਾ ਵੀ ਉਸ ਚੀਜ਼ ਦਾ ਐਕਸ਼ਨ ਨਾ ਪੁਲਿਸ ਕੋਲ ਹੈ ਨਾ ਇੱਥੇ ਲੋਕਲ ਐਡਮਿਨਿਸਟ੍ਰੇਸ਼ਨ ਕੋਲ ਹੈ, ਕਿਉਂਕਿ ਉਸ ਚਲਾਨ ਦੀ ਜਿਹੜੀ ਅਪੀਲ ਹੈ ਉਹ ਪ੍ਰਿੰਸੀਪਲ ਸੈਕਟਰੀ ਸਾਹਿਬ ਕੋਲ ਹੈ ਸਾਇੰਸ ਐਂਡ ਟੈਕਨੋਲੋਜੀ, ਅਤੇ ਅਸੀਂ ਉਹਨਾਂ ਦੇ ਕੋਲ ਹੀ ਇਹ ਆਪਣੀ ਅਪੀਲ ਪਾ ਸਕਦੇ ਨੇ। ਅਸੀਂ ਜ਼ਰੂਰ ਇਹਨਾਂ ਦੀ ਜਿਹੜੀ ਗੱਲ ਉਹਨਾਂ ਤੱਕ ਪਹੁੰਚਾਵਾਂਗੇ ਵੀ ਉਸ 'ਤੇ ਉਹ ਕੀ ਫੈਸਲਾ ਲੈਂਦੇ ਨੇ। ਅਤੇ ਬਰੋਡਲੀ ਇਹੀ ਹੈ, ਬਾਕੀ ਐੱਫ ਆਈ ਆਰ ਦਾ ਵੀ ਅਸੀਂ ਦੱਸਿਆ ਵੀ ਜੇਕਰ ਅਸੀਂ 200 ਐੱਫ ਆਈ ਆਰ ਕੀਤੀਆਂ ਨੇ ਅਤੇ ਜੇਕਰ ਜਿੰਨੇ ਪੰਜਾਬ ਦੇ ਵਿੱਚ ਸੰਗਰੂਰ ਦੇ ਇੰਸੀਡੈਂਟਸ ਹੋਏ ਨੇ ਉਹ ਕਾਫੀ ਪ੍ਰਪੋਰਸ਼ਨੇਟ ਹੈ, ਕੋਈ ਸੰਗਰੂਰ ਦੇ ਵਿੱਚ ਵੱਧ ਘੱਟ ਐੱਫ ਆਈ ਆਰ ਨਹੀਂ ਹੋਈ ਹੈ। ਜਿੰਨੀ ਪੰਜਾਬ ਲੈਵਲ 'ਤੇ ਜੇਕਰ ਉਹਦੀ ਤੁਸੀਂ ਪ੍ਰਪੋਰਸ਼ਨ ਦੇ ਵਿੱਚ ਦੇਖੋਗੇ ਤਾਂ ਮੋਰ ਔਰ ਲੈਸ ਤੁਹਾਡੀ ਐਵਰੇਜ ਐੱਫ ਆਈ ਆਰ ਹੀ ਹੋਈਆਂ ਨੇ। ਅਤੇ ਅਸੀਂ ਫਿਰ ਵਾਰ ਵਾਰ ਅਪੀਲ ਕਰਦੇ ਹਾਂ, ਮੈਂ ਇੱਥੇ ਭਾਰਤ ਕਿਸਾਨ ਯੂਨੀਅਨ ਨੂੰ ਇਹ ਵੀ ਦੱਸਿਆ ਕਿ ਜਦੋਂ ਤੱਕ ਸਾਡੇ ਕੋਲ ਇੱਦਾਂ ਸੁਪਰੀਮ ਕੋਰਟ ਵੱਲੋਂ ਹੁਕਮ ਨਹੀਂ ਆਇਆ ਸੀਗਾ, ਉਸ ਤੋਂ ਪਹਿਲਾਂ ਅਸੀਂ 126 ਕਿਸਾਨਾਂ ਨੂੰ ਮੈਂ ਮਿਲ ਕੇ ਪਰਸਨਲੀ VIP ਕਾਰਡ ਵੀ ਔਫਰ ਕੀਤੇ, ਕਿਉਂਕਿ ਸਾਡਾ ਹਮੇਸ਼ਾ ਆਹੀ ਰਹਿੰਦਾ ਵੀ ਅਸੀਂ ਕਿਸਾਨਾਂ ਦੀ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਕਰੀਏ, ਉਹਨਾਂ ਨੂੰ ਕਰੀਏ। ਅਸੀਂ ਕੋਈ ਇਸ ਟਾਈਪ ਦੀ ਐਨਫੋਰਸਮੈਂਟ ਵੱਲ ਨਹੀਂ ਜਾਣਾ ਚਾਹੁੰਦੇ, ਅਤੇ ਸਾਨੂੰ ਵੀ ਬੜਾ ਦੁੱਖ ਹੁੰਦਾ ਨਿੱਜੀ ਤੌਰ 'ਤੇ ਕਿ ਜਦੋਂ ਅਸੀਂ ਕੋਈ ਸਾਨੂੰ ਮਜਬੂਰਨ ਐੱਫ ਆਈ ਆਰ ਦਰਜ ਕਰਨੀ ਪੈਂਦੀ ਹੈ ਕਿਸਾਨਾਂ ਦੇ ਉੱਤੇ। ਅਤੇ ਮੈਂ ਅਪੀਲ ਕਰਨਾ ਚਾਹਾਂਗਾ ਵੀ ਹੁਣ ਕਿਉਂਕਿ ਪੰਜਾਬ ਸਰਕਾਰ ਨੇ ਤੁਹਾਡਾ ਮੁਆਵਜ਼ਾ ਅਨਾਊਂਸ ਕਰ ਦਿੱਤਾ, ਪਹਿਲਾਂ ਤਾਂ ਜਿਹੜੀ ਜਾਇਜ਼ ਲੋਕ ਕਹਿੰਦੇ ਵੀ ਐਕਚੁਅਲ ਖਰਚਾ ਕੱਢ ਕੇ ਦੇਖੀਏ ਤਾਂ 100 ਰੁਪਏ ਕੁਇੰਟਲ ਨੂੰ ਖਰਚਾ ਦੇ ਵਿੱਚ ਮੈਨੇਜਮੈਂਟ ਹੋ ਸਕਦੀ ਹੈ, ਤਾਂ ਉਹ ਅਨਾਊਂਸ ਹੋ ਚੁੱਕਿਆ ਹੈ। ਕੱਲ੍ਹ ਦੀ ਡੇਟ 'ਤੇ ਅਸੀਂ ਤਕਰੀਬਨ ਮੁਆਵਜ਼ੇ ਦੀ ਵੰਡ ਵੀ ਹੈ, ਉਹ ਵੀ ਸਾਡੀ ਐਕਸਰਸਾਈਜ਼ ਤਕਰੀਬਨ ਪੂਰੀ ਹੋ ਚੁੱਕੀ ਹੈ। ਜਿਹੜੇ ਵੀ ਪ੍ਰੋਗਰੈਸਿਵ ਕਿਸਾਨ ਹੈ ਜਿਨ੍ਹਾਂ ਨੇ ਅਗਾਂਹ ਵਧੂ ਕਿਸਾਨਾਂ ਨੇ ਨਹੀਂ ਲੱਗੀ ਹੈ, ਉਹਨਾਂ ਨੂੰ ਵੀ ਮੁਆਵਜ਼ਾ ਕੱਲ੍ਹ ਦੀ ਡੇਟ ਦੇ ਵਿੱਚ ਵੰਡ ਦਿੱਤਾ ਜਾਊਗਾ। ਚਲੋ ਅਜੇ ਤਾਂ ਮੈਨੂੰ ਲੱਗਦਾ ਇਸ 2-3 ਦਿਨਾਂ ਦੇ ਅੰਦਰ ਅੰਦਰ ਜਿੱਥੇ ਜਿੱਥੇ ਵੀ ਅੱਗ ਨਹੀਂ ਲੱਗੀ ਉਹਨਾਂ ਦੇ ਖਾਤੇ 'ਚ ਪੈਸੇ ਪੈ ਜਾਣੇ। ਇਹ ਤਕਰੀਬਨ ਹੁਣ ਜਿਹੜਾ ਸਾਡੇ ਕੋਲ ਟੋਟਲ ਐਪਲੀਕੇਸ਼ਨਾਂ ਆ ਰਹੀਆਂ ਨੇ, ਜਿੱਦਾਂ ਜਿੱਦਾਂ ਪਹਿਲੇ ਐਪਲੀਕੇਸ਼ਨ ਆ ਰਹੀਆਂ, ਹੁਣ ਤੱਕ ਸਾਡੇ ਕੋਲ 900 ਦੇ ਆਸ ਪਾਸ ਐਪਲੀਕੇਸ਼ਨਾਂ ਆ ਰਹੀਆਂ ਨੇ। ਅਤੇ ਉਹ ਐਪਲੀਕੇਸ਼ਨ ਹਾਲੇ ਵੀ ਖੁੱਲ੍ਹਾ ਹੈ, ਰੂਰਲ ਡਿਵੈਲਪਮੈਂਟ ਜਿਹੜਾ ਡਿਪਾਰਟਮੈਂਟ ਹੈ ਐਪਲੀਕੇਸ਼ਨਸ ਲੈ ਰਿਹਾ, ਉਹਦੇ ਬਾਅਦ ਉਸਦੀ ਮੌਕੇ 'ਤੇ ਪੜਤਾਲ ਕਰਕੇ ਅਸੀਂ ਉਹਨਾਂ ਨੂੰ ਵੰਡਣ ਦੀ ਚਾਲੂ ਕਰਾਂਗੇ। ਇਹ ਡਿਪੈਂਡ ਕਰੂਗਾ, ਬਟ ਮੈਨੂੰ ਲੱਗਦਾ ਹਾਲੇ ਵੀ 15-20% ਰਕਬੇ ਦੇ ਵਿੱਚ ਸ਼ਾਇਦ ਸਾਨੂੰ ਇਹ ਹੋਵੇ ਟੈਂਟੇਟਿਵਲੀ, ਜਿੱਥੇ ਅੱਗ ਨਹੀਂ ਲੱਗੀ ਹੈ। ਇਹ ਅਸੀਂ ਬੜਾ ਕੈਟੇਗਰੀਕਲੀ ਅੱਜ ਮੈਂ ਕਿਸਾਨ ਯੂਨੀਅਨ ਨੂੰ ਵੀ ਕਿਹਾ ਹੈ ਕਿ ਤੁਸੀਂ ਜਿੱਥੇ ਵੀ ਸਾਡੀ ਕੋਈ ਫੀਲਡ ਦੇ ਵਿੱਚ ਟੀਮ ਜਾਂਦੀ ਹੈ ਉਹਨਾਂ ਦਾ ਬਿਲਕੁਲ ਘਿਰਾਓ ਨਾ ਕੀਤਾ ਜਾਵੇ, ਕਿਉਂਕਿ ਇਸ 'ਚ ਮੈਂ ਇਨਸ਼ੋਰ ਕਰਾਉਣਾ ਚਾਹੁੰਦਾ ਹੈ। ਅਤੇ ਸਾਨੂੰ ਉੱਤੋਂ ਵੀ ਪ੍ਰੋਪਰ ਸਾਰਿਆਂ ਨੂੰ ਸਿਵਲ ਪੁਲਿਸ ਮਹਿਕਮੇ ਨੂੰ ਹਦਾਇਤਾਂ ਨੇ ਕਿ ਜਿੱਥੇ ਵੀ ਟੀਮ ਦਾ ਘਿਰਾਓ ਕੀਤਾ ਜਾਂਦਾ ਤਾਂ ਪਰਚਾ ਜ਼ਰੂਰ ਦਿੱਤਾ ਜਾਵੇ। ਐਂਡ ਇਹ ਨੋਨ ਬੇਲੇਬਲ ਓਫੈਂਸ ਹੈ ਅਤੇ ਇਹਦੇ ਵਿੱਚ ਅਰੈਸਟ ਵੀ ਦਾ ਵੀ ਪ੍ਰੋਵੀਜ਼ਨ ਹੈ, ਅਤੇ ਇਸ ਕਰਕੇ ਇਸ 'ਤੇ ਉਹਨਾਂ ਨੂੰ ਗਰੇਜ ਕਰਨ ਲਈ ਕਿਹਾ ਗਿਆ। ਅਤੇ ਜਿਹੜਾ ਕਰਾਚੋਂ ਦਾ ਵੀ ਇੰਸੀਡੈਂਟ, ਉਸਦੇ ਵਿੱਚ ਵੀ ਐੱਫ ਆਈ ਆਰ ਦਰਜ ਹੋ ਗਈ। ਟੋਟਲ ਹੁਣ ਤੱਕ ਜਿਹੜੀ ਹੈ 9 ਇਨਵਾਇਰਮੈਂਟਲ ਕੰਪਨਸੇਸ਼ਨ 2-2 ਲੱਖ ਦੇ ਤਕਰੀਬਨ ਕੰਬਾਈਨਾਂ ਦੇ ਵਿੱਚ ਇੰਪਾਊਂਡ ਕੀਤੇ ਗਏ ਨੇ, ਤਾਂ 18 ਲੱਖ ਦਾ ਉਹਨਾਂ ਦੇ ਉੱਤੇ ਇਨਵਾਇਰਮੈਂਟਲ ਕੰਪਨਸੇਸ਼ਨ ਲਾਇਆ ਗਿਆ।